ਜਿਹਨਾਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ, ਤਾਜਪੁਰ ਦਾ ਕੱਪੜਾ, ਦੇਣ ਲੈਣ ਲੈਣਾ, ਬਾਗੇ ਪੁਰਾਣੇ ਆ ਜਾਓ। ਸੱਤ ਦਿਨ ਬਹੁਤ ਵੱਡੇ ਫਾਇਦੇ ਹੋਣੇ ਆ। 17 ਜੁਲਾਈ ਤੱਕ ਆ ਜਾਓ। ਚੱਕੋ ਜੀ, ਵੇਖੋ ਤਾਜਵਰੀ ਵਾਲਾ ਕੱਪੜਾ, ਬਾਜ਼ਾਰ 'ਚ 1000 ਰੁਪਏ ਦਾ ਸੂਟ 500 ਰੁਪਏ ਦਾ ਲੈ ਜਾਓ। ਆਹ ਵੇਖੋ ਜੀ, ਜਿਹੜਾ 2000 ਰੁਪਏ ਦਾ ਸੂਟ ਆ ਇੱਥੇ ਲੈ ਜਾਓ 850 ਦਾ। ਫਰੰਟ ਚੈੱਕ ਕਰ ਲਓ, ਘੇਰੇ ਚੈੱਕ ਕਰ ਲਓ, ਦੁਪੱਟੇ ਚੈੱਕ ਕਰ ਲਓ, ਪੂਰੇ ਚਮ ਚਮ ਕਰਦੇ ਸੂਟ, ਜਿਹੜੇ ਮਾਡਲਾਂ ਦੇ ਜਾਂ ਤੁਸੀਂ ਫਿਲਮਾਂ 'ਚ ਪਾਏ ਦੇਖਦੇ ਹੋ। ਆਹ ਦੇਖੋ, ਸੋਲੋ ਪੀਸ ਨਹੀਂ ਮਿਲਣੇ ਹੋਰ ਕਿਤੇ, 2500 ਰੁਪਇਆ ਬਾਜ਼ਾਰ ਦਾ ਰੇਟ, 1000 ਚ ਦਵਾਂਗੇ ਸਿਰਫ। ਉਹ ਤੁਸੀਂ ਰੱਖੜੀ ਦੇ ਲਈ ਕੱਪੜਾ ਲੈਣਾ, ਤੁਸੀਂ ਭੈਣਾਂ ਨੂੰ ਗਿਫਟ ਕਰਨੇ ਆ, ਕਿਸੇ ਨੇ ਭੂਆ ਨੂੰ ਗਿਫਟ ਕਰਨੇ ਆ, ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ। ਆ ਜਾਓ ਮਾਤੂ ਸ਼ੀਤ ਸਾਹਿਬ ਬਾਗੇ ਪੁਰਾਣੇ, 20000 ਵਾਲਾ ਕੱਪੜਾ 8000 ਚ ਗਰੰਟੀ ਨਾਲ ਦਵਾਂਗੇ। ਇੱਕ ਹੋਰ ਬਹੁਤ ਵੱਡਾ ਫਾਇਦਾ, ਤੁਸੀਂ ਜਿੱਥੋਂ ਮਰਜ਼ੀ ਆ ਜਾਓ, ਬਾਘਾ ਪੁਰਾਣਾ ਬੱਸ ਸਟੈਂਡ 'ਤੇ ਭਾਵੇਂ ਟੈਂਪੂ ਜਾ ਜਾਓ, ਭਾਵੇਂ ਬੱਸ 'ਚ ਜਾ ਜਾਓ, ਉਸ ਤੋਂ ਬਾਅਦ ਸਟੋਰ 'ਤੇ ਆਉਣ 'ਤੇ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ। ਦੇਖੋ ਕਿੰਨਾ ਵੱਡਾ ਰਸ਼ ਆ, ਰਸ਼ ਐਵੇਂ ਨਹੀਂ ਪੈਂਦਾ। ਇਹਨਾਂ ਦਿਨਾਂ ਦੇ ਵਿੱਚ ਦੁਕਾਨਦਾਰ ਵਿਹਲੇ ਬੈਠੇ, ਲਾਈਟਾਂ ਬੰਦ ਕਰਕੇ, ਏਸੀ ਵੀ ਨਹੀਂ ਚਲਾਉਂਦੇ, ਕਹਿੰਦੇ ਬਿੱਲ ਲੈ ਜਾਂਦੇ ਤੇ ਖਰਚਾ ਨਹੀਂ ਹੁੰਦਾ। ਆਹ ਚੱਕੋ ਫੋਟੋ ਵਾਲਾ ਸੂਟ, ਮਾਰਕੀਟ ਦੇ ਵਿੱਚ 8000 ਤੋਂ ਘੱਟ ਨਹੀਂ ਆਉਣਾ, ਆਹ ਪੈਨਲ ਬਣ ਗਿਆ। ਚੱਕੋ ਜੀ, 2700 ਰੁਪਏ ਦਾ ਸੂਟ ਦੇ ਦੇਣਾ, 2700 ਰੁਪਏ ਦਾ। ਬਾਜ਼ਾਰ 'ਚ ਅਨਾਰਕਲੀ ਕੋਈ 15000 ਮੰਗਦਾ, ਕੋਈ 16000 ਮੰਗਦਾ, ਭਾਅ ਜੀ ਰੇਟ ਦੱਸੋ ਕਿੰਨੇ ਦਾ? ਭਾਅ ਜੀ ਅਨਾਰਕਲੀਆਂ ਕੋਈ 4000, 5000, 2500 ਰੁਪਏ ਤੋਂ ਅਨਾਰਕਲੀ ਸਾਡੇ ਕੋਲ ਸ਼ੁਰੂ ਹੈ। ਹਰ ਇੱਕ ਤਰ੍ਹਾਂ ਦਾ ਚੀਜ਼ ਸਾਡੇ ਕੋਲ, 100 ਰੁਪਏ ਦਾ ਸੂਟ ਹੈਗਾ ਆ, ਸਾਡੇ ਕੋਲ 200 ਦਾ, ਸਾਡੇ ਕੋਲ 500 ਦਾ, ਸਾਡੇ ਕੋਲ 20000 ਦਾ ਸੂਟ ਵੀ ਹੈਗਾ ਆ। ਵੱਡਾ ਫਾਇਦਾ ਕੀ ਆ, ਇੱਥੇ ਇਕੱਲੇ ਇਕੱਲੇ ਸੂਟਾਂ ਦੇ ਉੱਤੇ ਅਸੀਂ ਰੇਟ ਲਿਖ ਲਿਖ ਕੇ ਲਾ ਦਿੱਤੇ। ਲਾਗੀ ਸੇਲ, ਉਹ ਵਿਆਹ ਸ਼ਾਦੀਆਂ ਵਾਲੇ, ਤਾਜਵਰੀ ਵਾਲੇ, ਭਾਰੇ ਭਾਰੇ ਸੂਟਾਂ ਦੇ ਲਾਗੀ ਸੇਲ। ਉਹ ਜਿਹਨਾਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ, ਤਾਜਵਰੀ ਦਾ ਕੱਪੜਾ, ਦੇਣ ਲੈਣ ਲੈਣਾ, ਬਾਗੇ ਪੁਰਾਣੇ ਆ ਜਾਓ। ਸੱਤ ਦਿਨ ਬਹੁਤ ਵੱਡੇ ਫਾਇਦੇ ਹੋਣੇ ਆ। 17 ਜੁਲਾਈ ਤੱਕ ਆ ਜਾਓ। 50000 ਵਾਲਾ ਕੱਪੜਾ 15000 ਚ ਲੈ ਜਾਓ, 1 ਲੱਖ ਵਾਲਾ ਕੱਪੜਾ 30000 ਚ ਲੈ ਜਾਓ। ਜੇ ਭਾਰੇ ਭਾਰੇ ਸੂਟ ਲੈਣੇ ਆ, ਜਿਹੜਾ ਬਾਜ਼ਾਰ 'ਚ ਆ ਕੇ 2 ਲੱਖ ਰੁਪਏ ਦਾਜਵੀ ਬਣਾਉਂਦੇ ਹੋ, 80000 ਰੁਪਏ ਦੇ ਦਿਆਂਗੇ 80000 ਚ। ਜੇ ਤੁਸੀਂ ਲੈਣਾ ਦੇਣ ਲੈਣ ਲਈ ਕੱਪੜਾ, ਉਹ ਰੱਖੜੀਆਂ ਲਈ ਲੈਣਾ, ਕਿਸੇ ਨੂੰ ਗਿਫਟ ਕਰਨਾ, ਜਿਹੜਾ ਬਾਜ਼ਾਰ 'ਚ ਲੈਣਾ 20000 ਦਾ ਕੱਪੜਾ ਸਿਰਫ 8000 ਚ। 20000 ਵਾਲਾ ਕੱਪੜਾ 8000 ਚ। ਆਹ ਦੇਖੋ, ਜਿਹੜਾ ਬਾਜ਼ਾਰ 'ਚ ਵਿਕਦਾ 800 ਦਾ ਸੂਟ, ਲੈ ਜਾਓ 350000। 350000, 800 ਵਾਲਾ ਸੂਟ ਕਰਤਾ 350000 ਚ, ਰਿਕਾਰਡ ਤੋੜ ਆਫਰ, ਰਿਕਾਰਡ ਤੋੜਤੇ ਜੀ। ਚੱਕੋ ਜੀ, ਵੇਖੋ ਤਾਜਵਰੀ ਵਾਲਾ ਕੱਪੜਾ, ਬਾਜ਼ਾਰ 'ਚ 1000 ਰੁਪਏ ਦਾ ਸੂਟ 500 ਰੁਪਏ ਦਾ ਲੈ ਜਾਓ। ਚੱਕੋ ਜੀ, ਐ ਲਓ ਆ ਗਿਆ ਨੈਚੁਰਲ ਕਰੇਪ ਦਾ ਸੂਟ, ਗਲਾ ਬਣਿਆ, ਘੇਰਾ ਬਣਿਆ, ਹੈਂਡ ਵਰਕ, ਦੁਪੱਟੇ ਚੈੱਕ ਕਰਾ ਦਿਓ ਭਾਅ ਜੀ, ਦੁਪੱਟੇ ਦਾ ਤੰਬੂਆਂ ਜਿੱਡੇ ਆ, ਬਾਜ਼ਾਰਾਂ 'ਚ ਰੇਟ 1800-1900, ਸਾਡਾ ਰੇਟ ਆ 850। ਆਹ ਦੇਖੋ ਜੀ, ਜਿਹੜਾ 2000 ਰੁਪਏ ਦਾ ਸੂਟ ਆ ਇੱਥੇ ਲੈ ਜਾਓ 850 ਦਾ। ਫਰੰਟ ਚੈੱਕ ਕਰ ਲਓ, ਘੇਰੇ ਚੈੱਕ ਕਰ ਲਓ, ਦੁਪੱਟੇ ਚੈੱਕ ਕਰ ਲਓ, ਪੂਰੇ ਚਮ ਚਮ ਕਰਦੇ ਸੂਟ 850 ਚ। ਆਹ ਦੇਖੋ ਬੁਟੀਕਾਂ ਵਾਲੇ ਪੀਸ, ਜਿਹੜੇ ਮਾਡਲਾਂ ਦੇ ਜਾਂ ਤੁਸੀਂ ਫਿਲਮਾਂ 'ਚ ਪਾਏ ਦੇਖਦੇ ਹੋ। ਆਹ ਦੇਖੋ, ਸੋਲੋ ਪੀਸ ਨਹੀਂ ਮਿਲਣੇ ਹੋਰ ਕਿਤੇ, 2500 ਰੁਪਇਆ ਬਾਜ਼ਾਰ ਦਾ ਰੇਟ, 1000 ਚ ਦਵਾਂਗੇ ਸਿਰਫ। ਆਹ ਚੱਕੋ ਜੀ, ਫੋਟੋ ਵਾਲਾ ਪੀਸ, ਮਾਰਕੀਟ ਦਾ ਰੇਟ 3500-3600, ਸਾਡਾ 1750 ਰੁਪਏ ਦਾ ਕਰੋ ਮੁਕਾਬਲਾ ਕੀਤਾ। ਆ ਵੀ ਤੁਸੀਂ ਚੈੱਕ ਕਰ ਲਓ, ਆ ਵੀ ਕੋਈ 1500 ਦਾ ਨਹੀਂ, ਕੋਈ 2000 ਦਾ ਨਹੀਂ, ਕੋਈ 1495 ਰੁਪਏ 'ਚ ਸੂਟ ਦੇ ਦਿਆਂਗੇ। ਸੂਟਾਂ ਦੇ ਉੱਤੇ ਕੰਮ ਚੈੱਕ ਕਰ ਲਓ, ਚੈਲੰਜ ਕਰਦੇ ਆ। ਉਹ ਤੁਸੀਂ ਰੱਖੜੀ ਦੇ ਲਈ ਕੱਪੜਾ ਲੈਣਾ, ਤੁਸੀਂ ਭੈਣਾਂ ਨੂੰ ਗਿਫਟ ਕਰਨੇ ਆ, ਕਿਸੇ ਨੇ ਭੂਆ ਨੂੰ ਗਿਫਟ ਕਰਨੇ ਆ, ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ। ਆ ਜਾਓ ਮਾਤੂ ਸ਼ੀਤ ਸਾਹਿਬ ਬਾਗੇ ਪੁਰਾਣੇ, 20000 ਵਾਲਾ ਕੱਪੜਾ 8000 ਚ ਗਰੰਟੀ ਨਾਲ ਦਵਾਂਗੇ, ਨਾਲੇ ਹੈਵੀ ਚੀਜ਼ਾਂ ਉਹ ਤੁਸੀਂ ਗਿਫਟ ਦਓਗੇ, ਖੁਸ਼ ਹੋ ਜੂਗੇ। ਤੁਸੀਂ ਜਿਹੜੇ ਹੈ ਨਾ ਇੰਸਟਾਗ੍ਰਾਮ ਵਾਲੇ ਸੂਟ ਲੱਭਦੇ ਹੋ, ਜੱਟ ਐਂਡ ਜੂਲੀਅਟ ਜਿਹੜਾ ਨੀਰੂ ਬਾਜਵਾ ਨੇ ਸੂਟ ਪਾਇਆ ਸੀ, ਆਹ ਦੇਖ ਲਓ, ਉਹੀ ਸੂਟ ਅਸੀਂ ਤੁਹਾਡੇ ਲਈ ਲਿਆਂਦਾ। ਸੂਟ ਦੇਖ ਲਿਆ ਤੁਸੀਂ, ਦੁਪੱਟਾ ਵੀ ਚੈੱਕ ਕਰ ਲਓ। ਆ ਲਓ, ਬਾਜ਼ਾਰ ਦਾ ਰੇਟ 5000 ਰੁਪਇਆ, ਸਾਡਾ ਰੇਟ 2800 ਰੁਪਇਆ। 2800 ਰੁਪਏ ਦੇ ਵਿੱਚ ਸੂਟ ਦੇ ਦਿਆਂਗੇ, ਇੱਦਾਂ ਦੇ ਫਰਕ ਅਸੀਂ ਕੱਢ। ਦੇਖੋ ਰੇਟ ਵੀ ਘੱਟ ਹੈਗੇ, ਡਿਜ਼ਾਇਨਿੰਗ ਦੇਖੋ ਯਾਰ, ਸਵਾਦ ਆਉਂਦਾ ਨਾ ਗੱਲ ਦਾ। ਦੇਖੋ
ਹਰ ਇੱਕ ਤਰ੍ਹਾਂ ਦਾ ਚੀਜ਼ ਸਾਡੇ ਕੋਲ 100 ਰੁਪਏ ਦਾ ਸੂਟ ਹੈਗਾ ਆ, ਸਾਡੇ ਕੋਲ 200 ਦਾ, ਸਾਡੇ ਕੋਲ 500 ਦਾ, ਸਾਡੇ ਕੋਲ 20,000 ਦਾ ਸੂਟ ਵੀ ਹੈਗਾ ਆ। ਵੱਡਾ ਫਾਇਦਾ ਕੀ ਆ, ਇੱਥੇ ਇਕੱਲੇ ਇਕੱਲੇ ਸੂਟਾਂ ਦੇ ਉੱਤੇ ਅਸੀਂ ਰੇਟ ਲਿਖ ਲਿਖ ਕੇ ਲਾਤੇ ਆ। ਇੱਥੇ ਇੱਦਾਂ ਨਹੀਂ ਮੰਗਣਾ ਸਾਡੇ ਤੋਂ 5,000 ਆ ਅਤੇ ਦੇਣਾ ਤੁਹਾਨੂੰ 4,000 ਦਾ ਆ, ਸਾਡੇ ਕੋਲ ਜਿਹੜਾ 5,000 ਦਾ ਲੋਕ ਮੰਗਦੇ ਅਸੀਂ ਦੇਣਾ ਹੀ ਤੁਹਾਨੂੰ 2,500 ਦਾ ਆ, ਕਿਉਂਕਿ ਰੇਟ ਸਾਡੇ ਘੱਟ ਆ। ਆਹ ਦੇਖੋ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਚੀਜ਼ ਪਸੰਦ ਹੀ ਨਹੀਂ ਚਾਹੀਦੀ ਆ, ਚਾਹੇ ਪਿੰਡਾਂ ਦੀਆਂ ਆਮ ਘਰਾਂ ਦੀਆਂ ਕੁੜੀਆਂ ਚਾਹੇ ਸ਼ਹਿਰਾਂ ਦੀਆਂ, ਮੈਂ ਕਿਹਾ ਲੁੱਕ ਤੁਹਾਡੀ ਮਾਡਰਨ ਵਾਲੀ ਬਣਾ ਦਿਆਂਗੇ, ਐਕਟਰੀਆਂ ਦੀ ਬਣਾ ਦਿਆਂਗੇ। ਰੇਟ 12-12,000 ਰੁਪਏ ਇਹ ਮੰਗੀ ਜਾਂਦਾ, ਡੰਮੀਆਂ ਦਿਲਾ ਕੇ 10-10,000 ਰੁਪਇਆ ਮੰਗੀ ਜਾਂਦੇ ਆ, ਪਰ ਸਾਡੇ ਕੋਲ 4,000, 5,000, 4,500, 5,200 ਇੰਨੀਆਂ ਕੁ ਰੇਂਜਾਂ ਦੇ ਵਿੱਚ ਬਹੁਤ ਸਾਰੀ ਵਰਾਇਟੀ ਮਿਲ ਜਾਂਦੀ। ਦੇਖੋ ਜੀ ਸਾਡੀ ਵੀਡੀਓ NRI ਵੀ ਦੇਖ ਰਿਹਾ, ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਵਾਲੇ ਵੀ ਦੇਖ ਰਹੇ ਆ। ਦੇਖੋ ਜੀ ਚੱਕੋ ਜਿੰਮੀ ਚੂ ਕੱਪੜਾ, ਹੈਂਡਵਰਕ ਹੋਇਆ, NRI ਵਾਸਤੇ ਵੱਡੀਆਂ ਆਫਰਾਂ, ਵੱਡੀਆਂ ਆਫਰਾਂ। ਜਦੋਂ ਤੁਸੀਂ ਇੰਡੀਆ ਆਉਣਾ, ਤੁਸੀਂ ਬਾਘੇ ਪੁਰਾਣੇ 2 ਦਿਨ ਆਉਣਾ ਵਾ, 2 ਦਿਨਾਂ ਦੀ ਵਰਾਇਟੀ ਤੁਹਾਨੂੰ ਜ਼ਬਰਦਸਤ ਦੇਵਾਂਗੇ। ਆਹ ਚੈੱਕ ਕਰੋ ਸੂਟ, ਦੇਖੋ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਆ ਜੀ ਇਹ, ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ। ਸੂਟ ਦਾ ਕੱਪੜਾ ਬਹੁਤ ਸੋਹਣਾ, ਉੱਪਰ ਕੰਮ ਦੇਖੋ ਕਿੰਨਾ ਸੋਹਣਾ, ਕਾਰੀਗਰ ਦੀਆਂ ਕਹਿੰਦੇ ਅੱਖਾਂ ਰਹਿੰਦੀਆਂ ਜਦੋਂ ਸੂਟ ਤਿਆਰ ਕਰਦਾ। ਸੂਟ ਦੇ ਨਾਲ ਤੁਸੀਂ ਇਹ ਦੁਪੱਟਾ ਚੈੱਕ ਕਰ ਲਓ। ਮੈਂ ਤਾਂ ਹੀ ਕਹਿੰਦਾ ਜਿਨ੍ਹਾਂ ਨੇ ਦਾਜਵੇੜ ਦਾ ਕੱਪੜਾ ਲੈਣਾ ਉਹਨਾਂ ਦੇ ਤਾਂ ਬਹੁਤ ਸਾਰੇ ਫਾਇਦੇ ਆ। ਹੁਣ ਵੱਡੇ ਵੱਡੇ ਸ਼ਹਿਰਾਂ 'ਚ ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ, ਹੋਰ ਪਾਸੇ ਜਾ ਕੇ ਲੁੱਟਾਂ ਨਾ ਕਰਾਓ ਤੁਸੀਂ, ਸਾਰੇ ਬਾਜ਼ਾਰ ਵਿਹਲੇ ਬੈਠੇ ਆ। ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦਿਓ ਚਾਰੇ ਪਾਸੇ, ਦੇਖੋ ਕਿੰਨਾ ਵੱਡਾ ਰਸ਼ ਆ, ਲੋਕ ਦੂਰੋਂ ਦੂਰ ਆ ਕੇ, ਰਸ਼ ਐਵੇਂ ਨਹੀਂ ਪੈਂਦਾ। ਇਹਨਾਂ ਦਿਨਾਂ ਦੇ ਵਿੱਚ ਦੁਕਾਨਦਾਰ ਵਿਹਲੇ ਬੈਠੇ ਆ, ਲਾਈਟਾਂ ਬੰਦ ਕਰਕੇ, AC ਵੀ ਨਹੀਂ ਚਲਾਉਂਦੇ, ਕਹਿੰਦੇ ਬਿੱਲ ਆ ਜਾਂਦਾ ਤਾਂ ਖਰਚਾ ਨਹੀਂ ਹੁੰਦਾ, ਪਰ ਇੱਥੇ ਲੋਕ ਪਿਆਰ ਕਰ ਰਹੇ ਆ, ਦੂਰੋਂ ਦੂਰੋਂ ਆ ਰਹੇ ਆ। ਇੱਕ ਹੋਰ ਬਹੁਤ ਵੱਡਾ ਫਾਇਦਾ, ਤੁਸੀਂ ਜਿੱਥੋਂ ਮਰਜ਼ੀ ਆ ਜਾਓ, ਬਾਘਾ ਪੁਰਾਣਾ ਬੱਸ ਸਟੈਂਡ 'ਤੇ ਭਾਵੇਂ ਟੈਂਪੂ 'ਚ ਆ ਜਾਓ, ਭਾਵੇਂ ਬੱਸ 'ਚ ਆ ਜਾਓ, ਉਸ ਤੋਂ ਬਾਅਦ ਸਟੋਰ 'ਤੇ ਆਉਣ 'ਤੇ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ। ਤੁਸੀਂ ਰਿਕਸ਼ੇ ਦੇ ਵਿੱਚ ਫ੍ਰੀ 'ਚ ਆ ਜਾਓ, ਰਿਕਸ਼ਿਆਂ ਨੇ 1 ਰੁਪਈਆ ਲੈਣਾ, ਸਾਰੀਆਂ ਸਰਵਿਸ ਤੁਹਾਡੇ ਲਈ, ਕੱਪੜਾ ਵੀ ਸਸਤਾ ਦੇ ਰਹੇ ਹਾਂ, ਰਿਕਸ਼ੇ ਦੀ ਸਰਵਿਸ ਵੀ ਫ੍ਰੀ ਦੇ ਰਹੇ ਹਾਂ, ਅਤੇ 50,000 ਵਾਲਾ ਕੱਪੜਾ 15,000 'ਚ ਕਿਸੇ ਨੇ ਦੇਣਾ ਨਹੀਂ। ਆਹ ਦੇਖੋ ਆਮ ਲੋਕਾਂ ਵਾਸਤੇ ਤਾਂ ਫਾਇਦਾ ਹੈਗਾ ਹੈਗਾ, ਖਾਸ ਲੋਕਾਂ ਵਾਸਤੇ ਜਿਹਨਾਂ ਕੋਲ ਗੱਡੀਆਂ ਕਾਰਾਂ ਵੱਡੀਆਂ ਵੱਡੀਆਂ, ਉਹ ਵੀ ਇੱਥੇ ਖੁੱਲ੍ਹੀ ਡੁੱਲੀ ਪਾਰਕਿੰਗ 'ਚ ਆਪਦੀ ਗੱਡੀ ਕਾਰ ਲਾ ਸਕਦੇ ਆ, ਕਿਤੇ ਤੁਹਾਨੂੰ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਆ। ਦੇਖੋ ਜੀ ਭਾਜੀ ਅਨਾਰਕਲੀਆਂ ਕੋਈ 4,000, 5,000, 2,500 ਰੁਪਏ ਤੋਂ ਅਨਾਰਕਲੀ ਸਾਡੇ ਕੋਲ ਸ਼ੁਰੂ ਹੈ। ਹੈਂਡਵਰਕ ਚੈੱਕ ਕਰ ਲਓ, 8,000, 10,000 ਤੱਕ ਦੇ ਸ਼ੇਰਵਾਨੀਆਂ ਕੱਢੀਆਂ ਪਈਆਂ, ਫਰੰਟ ਵੀ ਹੈਵੀ, ਬੈਕ ਵੀ ਹੈਵੀ, ਮਤਲਬ ਦੋਨੇ ਪਾਸੋਂ ਹੈਵੀ ਚੀਜ਼ਾਂ ਤੁਹਾਨੂੰ ਅਸੀਂ ਦੇਣੀਆਂ। ਹੁਣ ਆਹ ਦੇਖੋ 2-in-1 ਕਿੰਨਾ ਸੋਹਣਾ ਰੋਇਲ ਕੰਮ ਆ, ਇਹਦਾ ਵੱਡੀਆਂ ਵੱਡੀਆਂ ਜਿੱਦਾਂ ਕਟਰੀਨਾ ਕਪੂਰ ਹੋ ਗਈ, ਕਰੀਨਾ ਕਪੂਰ ਹੋ ਗਈ, ਜਿਹੜੀਆਂ ਹਾਲੀਵੁੱਡ ਬਾਲੀਵੁੱਡ ਦੀਆਂ ਮੂਵੀਜ਼ ਬਣਦੀਆਂ ਉਹਨਾਂ ਦੇ ਵਿੱਚ ਇੱਦਾਂ ਦੇ ਕੱਪੜੇ ਪਾਏ ਹੁੰਦੇ ਆ ਹੀਰੋਇਨਸ ਨੇ, ਤਾਂ ਪਤਾ ਲੱਗਦਾ ਵੀ ਵਾਹ ਕਾਸ਼ ਅਸੀਂ ਵੀ ਇੱਦਾਂ ਦੇ ਕੱਪੜੇ ਖਰੀਦ ਪਾਉਂਦੇ। ਹੁਣ ਦੇਖੋ ਤੁਹਾਡੀ ਪਸੰਦ ਦੀਆਂ ਚੀਜ਼ਾਂ ਇਹ, ਅਸੀਂ ਤੁਹਾਡੇ ਕੋਲ ਇਹਦਾ 25,000 ਥੋੜ੍ਹੀ ਮੰਗ ਲੈਣਾ, ਇਹਦਾ ਕੋਈ 35,000 ਥੋੜ੍ਹੀ ਮੰਗ ਲੈਣਾ। ਆਹ ਦੇਖੋ ਫਰੰਟ ਹੈਵੀ, ਬੈਕ ਹੈਵੀ, ਵਿਆਹਾਂ ਸ਼ਾਦੀਆਂ 'ਤੇ ਤੁਸੀਂ ਜਾਣਾ ਟੌਰ ਨਿਕਲਣੀ ਤੁਹਾਨੂੰ, ਇਹ ਵੀ ਅਸੀਂ ਬਾਜ਼ਾਰ ਨਾਲੋਂ 3-3 ਗੁਣਾ, 4-4 ਗੁਣਾ ਰੇਟ ਘੱਟ ਕਰਦੇ ਆ, 7-7,000, 8-8,000, 9-9,000 ਰੁਪਏ ਦੇ ਵਿੱਚ ਤਾਂ ਰੇਂਜਾਂ ਹੀ ਬਹੁਤ ਤੁਹਾਨੂੰ ਅਸੀਂ ਦੇਖੋ ਜੀ। ਬਿਲਕੁਲ ਡਿਫਰੈਂਟ ਚੀਜ਼ਾਂ, ਕਰੇਵ ਦੀਆਂ ਚੀਜ਼ਾਂ, ਦੇਖੋ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਮਿਲਣੀਆਂ, ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਹਾਲੇ ਉਤਰੀਆਂ ਨਹੀਂ, ਇਹ ਚੀਜ਼ਾਂ ਮਾਤੂ ਸ਼੍ਰੀ ਦਸਤਾਰ ਬਾਘੇ ਬਣੇ ਆ ਗਈਆਂ, ਬਾਘੇ ਪੁਰਾਣੇ। ਦੇਖੋ ਜੀ ਮੇਲੇ ਤਾਂ ਹੀ ਲੱਗੇ ਆ, ਨਵੀਆਂ ਚੀਜ਼ਾਂ ਰੇਟ ਘੱਟ, ਕੋਈ 50 ਰੁਪਏ, ਕੋਈ 60 ਰੁਪਏ, 10 ਰੁਪਏ ਮਾਰਜਨ ਦੇ ਸੂਟ ਰੱਖੇ ਆ। ਅਨਾਰਕਲੀ ਦੇ ਨਾਲ ਚੈੱਕ ਕਰੋ ਜੀ ਲਹਿੰਗਾ ਕਿੰਨਾ ਸੋਹਣਾ, 2-in-1 ਅਨਾਰਕਲੀ ਨਾਲ, ਅਨਾਰਕਲੀ ਨਾਲ ਲਹਿੰਗਾ ਸੂਟ ਬਣ ਗਿਆ, ਮਤਲਬ ਦੋਨੇ ਚੀਜ਼ਾਂ ਤੁਹਾਨੂੰ ਕਨਸੈਪਟ ਹੀ ਦੇ ਰਹੀਆਂ। ਆਹ ਵੀ ਤੁਸੀਂ ਚੈੱਕ ਕਰ ਲਓ, ਤੁਸੀਂ ਜੇ ਸੂਟ ਲੈਣੇ ਆ, ਸ਼ਰਾਰੇ ਗਰਾਰੇ, ਗਾਊਨ, ਡਰੈਸਾਂ, ਲਹਿੰਗੇ ਲੈਣੇ, ਇਹ 'ਚ ਤਾਂ ਫਾਇਦੇ ਹੈਗੇ ਹੀ ਆ, ਪਹਿਰਾਵਾਂ ਦੇ ਲਈ ਵੀ ਬਹੁਤ ਸਾਰਾ ਫਾਇਦਾ, ਚਾਹੇ ਤੁਸੀਂ ਕੋਟ ਪੈਂਟ ਲੈਣੇ ਆ, ਚਾਹੇ ਤੁਸੀਂ ਕੁੜਤੇ ਪਜਾਮੇ ਲੈਣੇ ਆ, ਤੁਸੀਂ ਸ਼ੇਰਵਾਨੀ, ਬਰੇਜਰ, ਬਾਸਕਟ, ਦਸਤਾਰਾਂ, 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ, ਮਤਲਬ ਭੈਣ ਭਰਾ ਜਿਹੜੇ ਮਰਜ਼ੀ ਆ ਜਾਓ, ਮੁੰਡੇ ਦਾ ਵਿਆਹ ਆ ਉਹ ਵੀ ਖੁਸ਼ ਕਰਕੇ ਭੇਜਦੇ ਹਾਂ, ਕੁੜੀ ਦਾ ਵਿਆਹ ਉਹ ਵੀ ਖੁਸ਼ ਕਰਕੇ ਬੈਠਾਂਗੇ, ਇੱਥੇ ਸਾਰੇ ਪਰਿਵਾਰ ਇਕੱਠੇ ਹੋ ਕੇ ਆ ਰਹੇ ਆ, ਫਾਇਦਾ ਲੈ ਰਹੇ ਆ।
ਤੁਸੀਂ ਆ ਜਾਓ। 7 ਦਿਨ ਤੁਹਾਨੂੰ ਦੱਸ ਦਿਆ ਬਹੁਤ ਵੱਡੇ ਫਾਇਦੇ ਹੋਣੇ ਤੁਹਾਡੇ। 7 ਦਿਨਾਂ ਦੇ ਵਿੱਚ ਆ ਕੇ ਤੁਸੀਂ ਲੱਖਾਂ ਰੁਪਏ ਬਚਾ ਸਕਦੇ ਹੋ। ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ ਸਕਰੀਨ 'ਤੇ ਫੋਨ ਕਰ ਸਕਦੇ ਹੋ। ਕਿਆ ਨਾਮ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀ ਵੀ ਵਾਹਗਾ ਪਾਣਾ।